Like the video, subscribe to the channel and press the bell icon for latest video update. दर्शको खेती बिलां दे संबंध विच लेटेस्ट इनफॉरमेशन सी की इहदे विच प्रोग्रेस होई है जां हो सकदी है की इहदे बारे गलबात करांगे। पहला तां लीडिंग इकोनॉमिस्ट डॉक्टर एस एस जौल ने उन्हां दा इक व्यू सी वी खेती बिल जिहड़े हैगे कानून हैगे हुण तां बन के ये फायदे लई हैगे, जिहदे विच फार्म लीडर ने बड़े शार्पली रिएक्ट कीता। एक अकैडेमिक्स की नॉलेज होना एक अलग गल हैगी आ, जिहड़ी ग्रासरूट लैवल की इनफॉर्मेशन होना की कुछ हो रहा वह एक जुदी गल। साडे कानून बहुत वधिया हैगे आ, जदों प्रैक्टिकली इंप्लीमेंटेशन होंदी बंदा हथ खड़े कर लैंदा कहिंदा जी मैनू इन्हां कानूनां तों बचाओ। दूसरा बीजेपी भी हुण लगदा हैगा वह जिहड़ा हैगा कंप्रोमाइज़ दे मूड च। कल सोम प्रकाश जिहड़े केंद्रीय मंत्री उन्होंने प्रैस कॉन्फ्रेंस की, ਉਹਦੇ ਵਿੱਚ ਕਿਹਾ ਵੀ ਅਸੀਂ ਸਾਰੀਆਂ ਕਿਸਾਨ ਯੂਨੀਅਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਨਾਲ ਉਹਨਾਂ ਨੇ ਕਿਹਾ ਜੇ ਜ਼ਰੂਰਤ ਪਈ ਤਾਂ ਅਸੀਂ ਇਹਦੇ ਵਿੱਚ ਅਮੈਂਡਮੈਂਟ ਵੀ ਕਰਨ ਲਈ ਤਿਆਰ ਹਾਂ। ਇਸ ਸੰਬੰਧ ਵਿੱਚ ਅਸੀਂ ਪ੍ਰਾਈਮ ਮਿਨਿਸਟਰ ਅਤੇ ਜਿਹੜੇ ਐਗਰੀਕਲਚਰ ਮਿਨਿਸਟਰ ਤੋਮਰ ਨਾਲ ਵੀ ਗੱਲਬਾਤ ਕਰਾਂਗੇ। ਸੋ ਪਹਿਲੇ ਹੁਣ ਪਹਿਲਾਂ ਤਾਂ ਆਪਣਾ ਡਾਕਟਰ ਜੌਲ ਵਾਲੇ ਇੰਸੀਡੈਂਸ 'ਤੇ ਤੁਸੀਂ ਕੀ ਸਮਝਦੇ ਹੋ? ਚਲੋ ਲੀਡਿੰਗ ਇਕੋਨੋਮਿਸਟ 'ਚ ਹੈਗੇ, ਬੜੇ ਰਿਸਪੈਕਟੇਬਲ ਸਟੇਟਸ ਦੇ ਜੌਲ ਸਾਹਿਬ ਹੈਗੇ ਆ, ਜਿਹੜੇ ਬਿੱਲ ਆ ਇਹ ਫਾਇਦੇ ਵਾਲੇ ਤੁਹਾਨੂੰ ਲੱਗਦੇ ਆ ਕਿ ਜਾਂ ਇਹੋ ਇਹ ਜਿਹੜਾ ਹੈਗਾ ਨਹੀਂ ਫਾਇਦੇ ਵਾਲੇ? ਆਮ ਭਾਸ਼ਾ ਵਿੱਚ ਇਹ ਦੱਸੋ ਸਾਡੇ ਕਿਸਾਨਾਂ ਨੂੰ। ਦੇਖੋ ਡਾਕਟਰ ਜੌਲ ਸਾਹਿਬ ਬੜੇ ਜ਼ਿੰਮੇਵਾਰ ਨਾਮਵਰ ਪ੍ਰੈਕਟੀਕਲ ਇਕੋਨੋਮਿਸਟ ਵੀ ਨੇ, ਔਰ ਉਹਨਾਂ ਉਹਨਾਂ ਦੀ ਬੜੀ ਇਹਦੇ ਬਾਰੇ ਗੰਭੀਰ ਚਿੰਤਨ ਵੀ ਹੈਗਾ। ਮੈਂ ਸਮਝਦਾ ਡਾਕਟਰ ਜੌਲ ਦਾ ਇੱਕ ਇੱਕ ਲਫ਼ਜ਼ ਜਿਹੜਾ ਉਹ ਬੜਾ ਘੂਕ ਕੇ ਕੀਤਾ ਹੋਇਆ ਹੋਣਾ ਹੋਏਗਾ, ਐਸੀ ਗੱਲ ਨਹੀਂ। ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਜਿਹੜੇ ਇਹਨਾਂ ਹਾਲਾਤ ਵਿੱਚ ਜਿਹੜੇ ਵਿਰੋਧ ਹੈ ਵੱਖਰੇ ਵੱਖਰੇ ਜਗ੍ਹਾ ਤੋਂ ਹੋ ਰਿਹਾ, ਉਹਨਾਂ ਉਹ ਇੱਕ ਲੈਵਲ ਤਿਕਰ ਤੇ ਚਲੋ ਵਿਰੋਧ ਹੁੰਦਾ, ਕੋਈ ਵੀ ਲਾਅ ਐਂਡ ਆਰਡਰ ਮਸ਼ੀਨਰੀ, ਕੋਈ ਵੀ ਸਰਕਾਰ, ਕੋਈ ਵੀ ਆਰਗੇਨਾਈਜੇਸ਼ਨ, ਕੋਈ ਵੀ ਵਿਰੋਧ ਅਖੀਰ ਵਿੱਚ ਤੇ ਗੱਲਬਾਤ ਤੇ ਆ ਕੇ ਮੁੱਕਦਾ। ਪਰ ਵੱਡੀਆਂ ਦੇਖੋ ਜੰਗਾਂ ਜਿਹੜੀਆਂ ਨੇ ਉਹ ਭਾਵੇਂ ਮੈਦਾਨ ਵਿੱਚ ਮੈਦਾਨ ਤਿਆਰ ਹੁੰਦਾ, ਲੇਕਿਨ ਅਲਟੀਮੇਟਲੀ ਉਹ ਮੈਦਾਨ ਤਿਆਰ ਹੋ ਕੇ ਟੇਬਲ ਤੇ ਜਾਣ ਲਈ ਮੈਦਾਨ ਤਿਆਰ ਹੋ ਰਿਹਾ ਹੁੰਦਾ। ਇਨਡੈਫੀਨੇਟਲੀ ਇਹ ਕੁਝ ਨਹੀਂ ਹੋ ਸਕਦਾ। ਹੁਣ ਜਿਹੜੀਆਂ ਸੋ ਕਾਲਡ ਮੈਂ ਕਹਿ ਰਿਹਾ ਕਿਸਾਨ ਜਥੇਬੰਦੀਆਂ, ਕਿਸਾਨ ਆਰਗੇਨਾਈਜੇਸ਼ਨ ਜਿਹੜੀਆਂ ਕਿ ਉਹ ਸਾਰੇ ਇਸ ਜੱਦੋਜਹਿਦ ਦੇ ਵਿੱਚ ਨੇ, ਉਹਨਾਂ ਦੇ ਕਈ ਵਾਰੀ ਇੱਦਾਂ ਲੱਗਦਾ ਬਈ ਉਹਨਾਂ ਦੇ ਹੁਣ ਤੇ ਅੱਜ ਤੋਂ ਖਾਸ ਤੌਰ ਤੇ ਲੱਗਣ ਲੱਗ ਪਿਆ ਕਿ ਉਹਨਾਂ ਦੇ ਹਰ ਇੱਕ ਦੇ ਆਪੋ ਆਪਣੇ ਏਜੰਡੇ ਕਿਤੇ ਨਾ ਕਿਤੇ ਲੁਕਵੇਂ ਰੱਖੇ ਹੁੰਦੇ ਨੇ। ਉਹਨਾਂ ਏਜੰਡਿਆਂ ਨੂੰ ਕਈ ਵਾਰੀ ਕੁਝ ਦੇਰ ਤੱਕ ਤੇ ਸਾਹਮਣੇ ਨਹੀਂ ਆਉਣ ਦਿੱਤਾ ਜਾਂਦਾ, ਨਹੀਂ ਆਉਂਦੇ, ਲੇਕਿਨ ਅਲਟੀਮੇਟਲੀ ਉਹ ਜਿਹੜਾ ਮਨ ਹੈ ਜੋ ਕੁਝ ਉਹਦੇ ਵਿੱਚ ਆ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਔਰ ਅੱਜ ਤੋਂ ਏਦਾਂ ਲੱਗਦਾ ਵੀ ਇਹ ਹੌਲੀ 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 ਇਹ ਬਾਹਰ ਆਉਣਾ ਸ਼ੁਰੂ ਹੋ ਰਿਹਾ। ਜਿਹੜੀਆਂ ਦੇਖੋ ਸਾਰੀਆਂ ਪੋਲੀਟੀਕਲ ਪਾਰਟੀਆਂ, ਲੈਫਟ ਰਾਈਟ ਵਿੰਗ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਆਪੋ ਆਪਣੇ ਵਿੰਗ ਹੁੰਦੇ ਨੇ, ਉਹਨਾਂ ਵਿੰਗ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਪੋਲੀਟੀਕਲ ਮਾਸਟਰਸ ਨੇ ਉਹਨਾਂ ਦੇ ਹੁਕਮ ਨਾਲ ਚੱਲਣਾ ਹੁੰਦਾ, ਉਹਨਾਂ ਦੇ ਇਸ਼ਾਰੇ ਉੱਤੇ ਚੱਲਣਾ ਹੁੰਦਾ, ਉਹਨਾਂ ਦੇ ਪ੍ਰੋਗਰਾਮ ਤੇ ਚੱਲਣਾ ਹੁੰਦਾ। ਬਿਲਕੁਲ। ਹੁਣ ਉਹਨਾਂ ਨੇ ਭਾਵੇਂ ਦੇਖੋ ਕਿਸਾਨ ਵੀ ਆ ਕੋਈ, ਹੁਣ ਮੈਂ ਕਿਸਾਨ ਵੀ ਹਾਂ, ਮੈਂ ਸਿੱਖ ਵੀ ਹਾਂ, ਮੇਰੀਆਂ ਪ੍ਰਾਇਰਟੀ ਜਿਹੜੀਆਂ ਨੇ ਖੇਤੀ ਨਾਲ ਵੀ ਨੇ, ਮੇਰੀਆਂ ਮੇਰੇ ਧਰਮ ਨਾਲ ਵੀ ਨੇ। ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਹੀ ਜਿਹੜੇ ਪੋਲੀਟੀਕਲ ਪਾਰਟੀ ਦੇ ਲੋਕ ਨੇ ਉਹਨਾਂ ਦਾ ਉਹ ਠੀਕ ਹੈ ਖੇਤੀ ਵੀ ਕਰਦੇ ਨੇ, ਲੇਕਿਨ ਉਹਨਾਂ ਦੀਆਂ ਐਫੀਲੀਏਸ਼ਨ ਜਿਹੜੀਆਂ ਨੇ, ਜਿਹੜੀਆਂ ਉਹਨੇ ਪੋਲੀਟੀਕਲ ਪਾਰਟੀ ਦੀਆਂ ਨੇ ਉਹ ਆਪਣੀਆਂ ਹੁੰਦੀਆਂ ਨੇ। ਇਸ ਕਰਕੇ ਉਹਨਾਂ ਦੇ ਏਜੰਡੇ ਆਪਣੀ ਕਿਸਮ ਦੇ ਹੁੰਦੇ ਨੇ। ਜਿਹੜੇ ਇੰਟਲੈਕਚੁਅਲ ਲੋਕ ਨੇ ਉਹ ਜਦੋਂ ਚਿੰਤਨ ਕਰਦੇ ਨੇ, ਉਹ ਚਿੰਤਨ ਕਰਕੇ ਜਿਹੜੀਆਂ ਸਾਰੀਆਂ ਚੀਜ਼ਾਂ
ਅੱਜ ਵਹਿੰਦੇ ਨੇ, ਦੂਰ ਤੋਂ ਵਹਿੰਦੇ ਨੇ, ਉਹਨਾਂ ਨੇ ਸਾਰਾ ਕੁਝ ਵੇਸਟੀਏ ਤੇ ਕਰਨਾ ਹੁੰਦਾ ਤੇ ਕੀਤਾ। ਮੈਂ ਸਮਝਦਾ ਇਹਨਾਂ ਚੀਜ਼ਾਂ ਨੂੰ ਏਦਾਂ ਸੁੱਟ ਪਰੇ ਕਰਨ ਦੀ ਗੱਲ ਨਹੀਂ, ਇਹਨਾਂ ਦੇ ਉੱਤੇ ਵੀ ਚਿੰਤਨ ਕਰਨਾ ਚਾਹੀਦਾ। ਇਹ ਜਿਹੜਾ ਨਾ ਹਰ ਗੱਲ ਨੂੰ ਅਖੀਰ ਵਿੱਚ ਭਾਰਤ ਜੀ, ਇਹ ਜਿਹੜੀਆਂ ਜਿੰਨੀਆਂ ਜਦੋਂ ਜ਼ਿਆਦਾ ਜਾਂ ਕੋਈ ਲੀਗਲ ਬੈਟਲ ਵੀ ਇਹਦੇ ਤੋਂ ਹੁੰਦੀਆਂ, ਦੇਖੋ ਇਹ ਬਿੱਲ ਆਏ, ਬਿੱਲਾਂ ਤੋਂ ਹੁਣ ਕਾਨੂੰਨ ਬਣ ਗਏ। ਕਾਨੂੰਨ ਜਿਹੜੇ ਨੇ ਉਹਨਾਂ ਦੇ ਜਿਹੜਾ ਜੋ ਕੁਝ ਆ ਗੱਲਬਾਤ ਨਾਲ ਵੀ ਇੱਕ ਲੈਵਲ ਆਉਂਦਾ, ਉਹ ਕਿਸੇ ਵੇਲੇ ਗੱਲਬਾਤ ਕਰਕੇ ਵੀ ਅਖੀਰ ਵਿੱਚ ਜਿਹੜੀ ਤਰਕ ਦੀ ਲੜਾਈ ਹੈ ਉਹ ਬੜੀ ਇੰਪੋਰਟੈਂਟ ਹੁੰਦੀ ਹੈ। ਉਹਦੇ ਚ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਸਾਨੂੰ ਚਾਹੀਦਾ ਕੀ ਹੈ। ਹਾਂਜੀ ਹਾਂਜੀ ਹਾਂਜੀ। ਅੱਜ ਦੇ ਸੰਦਰਭ ਵਿੱਚ ਮੈਂ ਬਹੁਤ ਪੁਰਾਣੀ ਆਈਡੀਓਲੋਜੀਕਲ ਗੱਲਾਂ ਅੱਗੇ ਮੈਂ ਕੀਤੀਆਂ ਨੇ, ਲੇਕਿਨ ਮੈਂ ਅੱਜ ਤੁਹਾਡੇ ਨਾਲ ਅੱਜ ਦੇ ਸੰਦਰਭ ਵਿੱਚ ਇਹ ਸਮਝਦਾ ਕਿ ਸੈਂਟਰਲ ਗਵਰਨਮੈਂਟ ਕੋਲ ਕੀ ਕੀ ਆਪਸ਼ਨਸ ਨੇ, ਪੰਜਾਬ ਗਵਰਨਮੈਂਟ ਕੋਲ ਕੀ ਆਪਸ਼ਨਸ ਨੇ, ਪੰਜਾਬ ਗਵਰਨਮੈਂਟ ਨੂੰ ਕੀ, ਦੇਖੋ ਨਾ ਸੈਂਟਰਲ ਗਵਰਨਮੈਂਟ ਨਾਲ ਸੈਂਟਰਲ ਗਵਰਨਮੈਂਟ ਦੀ ਆਪਸ਼ਨ ਕੀ ਹੈ ਉਹ ਡਿਸਕਸ ਕਰ ਲੈਣੇ। ਸੈਂਟਰਲ ਗਵਰਨਮੈਂਟ ਤੁਸੀਂ ਆਪ ਮੈਨੂੰ ਦੱਸੋ ਕਿ ਸੈਂਟਰਲ ਗਵਰਨਮੈਂਟ ਕੋਈ ਵੀ ਗਵਰਨਮੈਂਟ ਜਿਹੜੀ ਹੈ ਇਸ ਤਰੀਕੇ ਨਾਲ ਬਿਲਕੁਲ ਇੱਕ ਸਟੇਟ ਨੂੰ ਅਗਰ ਉਹ ਆਖੇ ਵੀ ਅਸੀਂ ਬਿਲਕੁਲ ਆਈਸੋਲੇਟ ਹੋਣਾ ਤੇ ਰੱਖ ਸਕਦੀ ਹੈ, ਨਹੀਂ ਰੱਖ ਸਕਦੀ। ਅਕਸਰ ਉਹਦੇ ਚ ਸਟੇਟ ਸਟੇਟਲੈਸ ਨਹੀਂ ਹੋ ਸਕਦੀ ਬਿਲਕੁਲ। ਉਹਨਾਂ ਨੂੰ ਦੇਖੋ ਨਾ, ਠੀਕ ਹੈ ਵਿਰੋਧ ਹੈਗਾ, ਉਸ ਵਿਰੋਧ ਦਾ ਪ੍ਰਦਰਸ਼ਨ ਵੀ ਹੈਗਾ, ਉਸ ਵਿਰੋਧ ਵਿੱਚ ਅਕਸਰ ਲੋਕਾਂ ਦੇ ਆਵਾਜਾਈ ਦੇ ਸਾਧਨ ਜਿਹੜੇ ਨੇ ਉਹ ਜ਼ਰੂਰੀ ਹੁੰਦੇ ਨੇ। ਸਟੇਟ ਸਟੇਟਲੈਸ ਨਹੀਂ ਹੋ ਸਕਦੀ। ਰੇਲਾਂ ਜੇ ਆਪਾਂ ਸੋਚੀਏ ਵੀ ਇਨਡੈਫੀਨੇਟਲੀ, ਠੀਕ ਹੈ ਜੀ ਅਸੀਂ ਬਹੁਤ ਆਨੰਦ ਲੈ ਰਹੇ ਹਾਂ ਰੇਲਾਂ ਦੇ, ਆਨੰਦ ਵੀ ਨਹੀਂ ਦੁੱਖ ਵੀ ਬੜਾ ਸਾਰਾ ਕੁਝ ਹੈਗਾ, ਰੋਸ ਵੀ ਬੜਾ ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਉਸ ਸਾਰੀ ਗੱਲਬਾਤ ਦੇ ਵਿੱਚ ਜਿਹੜੀ ਗੱਲਬਾਤ ਦੀ ਗੱਲ ਸ਼ੁਰੂ ਨਹੀਂ ਹੋ ਰਹੀ ਉਹਦੇ 'ਚ ਮੈਨੂੰ ਇਹ ਲੱਗਦਾ ਭਈ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ ਉਹਨਾਂ ਦੇ ਆਪੋ ਆਪਣੇ ਹਰ ਇੱਕ ਦੇ ਵੱਖਰੇ ਵੱਖਰੇ ਏਜੰਡੇ ਨੇ। ਬਿਲਕੁਲ ਠੀਕ ਹੈ। ਉਹ ਏਜੰਡੇ ਜਿਹੜੇ ਨੇ ਉਹ ਲੁਕਵੇਂ ਨੇ, ਖੁੱਲੇ ਨੇ, ਅੰਦਰ ਨੇ, ਬਾਹਰ ਨੇ, ਉਹਦੇ ਲਈ ਉਹਨਾਂ ਨੂੰ ਸਮੂਹਿਕ ਤੌਰ ਦੇ ਉੱਤੇ ਨੈਚੁਰਲੀ ਗੱਲਬਾਤ ਤੇ ਕਰਨੀ ਪਏਗੀ। ਪਰ ਉਹ ਗੱਲਬਾਤ ਦੇ ਵਿੱਚੋਂ ਜਿੰਨੇ ਸੋ ਕਾਲਡ ਗਰੁੱਪ ਨੇ ਉਹਨਾਂ ਚੋਂ ਗੱਲ ਕਿੰਨੇ ਕਰਨੀ ਹੈ, ਕਿਹੜਾ ਕਿਹਦੀ ਛਤੜੀ ਥੱਲੇ ਹੈ, ਉਹਦੀ ਕਮਾਂਡ ਕਿਹਦੇ ਹੱਥ ਵਿੱਚ ਹੈ, ਹੁਣ ਆ ਤੇ ਗਏ ਭੱਜ ਕੇ, ਲੇਕਿਨ ਉਹ ਭੱਜ ਕੇ ਆਏ ਹੋਇਆਂ ਦੇ ਆਪਣੇ ਹੱਥ ਵਿੱਚ ਕਿਹਦੀ ਕਿਹਦੀ ਕਮਾਂਡ ਹੈ ਉਹ ਵੀ ਬੜੀ ਜ਼ਰੂਰੀ ਗੱਲ ਹੈ। ਮਾਫ ਕਰਨਾ ਮਾਨ ਸਾਹਿਬ, ਜਿਹੜੇ ਕਿਸਾਨ ਲੀਡਰ ਵੀ ਵਿੱਚ ਜਿਹਨੂੰ ਆਮ ਭਾਸ਼ਾ ਵਿੱਚ ਕਹੋ ਵਿਕ ਜਾਂਦੇ, ਪੋਲੀਟੀਕਲ ਪਾਰਟੀਆਂ ਵਾਲੇ ਵੀ ਵਿਕ ਜਾਂਦੇ ਹੈਗੇ ਆ, ਇੱਦਾਂ ਦੀ ਪੋਸੀਬਿਲਿਟੀ ਹੁਣ ਵੀ ਹੋ ਸਕਦੀ ਹੈਗੀ ਆ? ਨਹੀਂ, ਮੈਂ ਫਿਕਰ ਪਕਾਉਣ ਦੀ ਗੱਲ ਨਹੀਂ ਦੇਖੋ ਕਰਦਾ। ਮੈਂ ਤੇ ਇਹ ਕਹਿਣਾ ਭਈ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ। ਹਾਂਜੀ ਹਾਂਜੀ। ਕਿਸੇ ਦਾ ਨਜ਼ਰੀਆ ਹੋ ਸਕਦਾ ਭਈ ਇਹਨੂੰ ਇਸ ਤਰੀਕੇ ਨਾਲ ਹੱਲ ਕੀਤਾ ਜਾਣਾ, ਦੂਜੇ ਦਾ ਨਜ਼ਰੀਆ ਹੋ ਸਕਦਾ ਇਸ ਤਰੀਕੇ ਨਾਲ ਹੋਣਾ। ਨਜ਼ਰੀਏ ਹਰ ਇੱਕ ਦੇ ਆਪੋ ਆਪਣੇ ਨੇ, ਉਹਨਾਂ ਨਜ਼ਰੀਏ ਜਿਹੜੇ ਨੇ ਉਹਨਾਂ ਦਾ ਕੰਪਰੋਮਾਈਜ਼ ਕਰਨਾ, ਉਹਨਾਂ ਨੂੰ ਇੱਕ ਯਕਮੁਸ਼ਤ ਕਰਨਾ ਉਹ ਬੜਾ ਜ਼ਰੂਰੀ ਹੈ। ਔਰ ਹੁੰਦਾ ਕਿ ਨਹੀਂ ਹੁੰਦਾ, ਉਹ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਦੇ 'ਚ ਕਿਸੇ ਨੇ ਕਿੱਧਰ ਨੂੰ ਖਿੱਚਣਾ, ਕਿਸੇ ਨੇ ਕਿੱਧਰ ਨੂੰ ਖਿੱਚਣਾ ਕਿ ਇਕੱਠੀਆਂ ਜਾਣਾ, ਇਹ ਨਹੀਂ ਪਤਾ। ਲੇਕਿਨ ਇਹ ਉਹ ਵਿਕਣ ਵਕਾਉਣ ਵਾਲੀਆਂ ਗੱਲਾਂ ਨੇ, ਐਵੇਂ ਇੱਕ ਦੂਜੇ ਦੇ ਉੱਤੇ ਤੁਮਤਾ ਵਾਲੀ ਮੇਰਾ ਖਿਆਲ ਹੈ ਗੱਲ ਨਹੀਂ ਹੋਣੀ ਚਾਹੀਦੀ। ਨਜ਼ਰੀਆ ਦਾ ਇੱਕ ਦੂਜੇ ਰੱਖੋਵਾਲ ਸਾਹਿਬ ਦਾ ਬਿਆਨ ਸੀ ਵੀ ਅਸੀਂ ਜਿਹੜਾ ਸੁਪਰੀਮ ਕੋਰਟ 'ਚ ਕਰਾਂਗੇ, ਰਾਜੇਵਾਲ ਸਾਹਿਬ ਨੇ ਕਿਹਾ ਹੈਗਾ ਇਹਦੇ ਨਾਲ ਜਿਹੜਾ ਕਿਸਾਨ ਸੰਘਰਸ਼ ਆ ਉਹ ਡਾਇਲਿਊਟ ਹੋ ਜਾਏਗਾ, ਇਹਦੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ? ਜੇ ਇੱਕ ਪਾਰਟੀ ਸੁਪਰੀਮ ਕੋਰਟ 'ਚ ਜਾਏਗੀ, ਇਹੋ ਹੀ ਮੈਂ ਸਮਝਦਾ ਕਿ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ। ਅੱਛਾ, ਜਦੋਂ ਇਹ ਸਾਰੇ ਇਕੱਠੇ ਹੋਏ, ਹਾਂਜੀ ਇਹ ਸਾਰੇ ਇਕੱਠੇ ਹੋਏ ਜਦੋਂ ਸਾਰੇ, ਮੈਂ ਇਹ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਦਾ ਨਜ਼ਰੀਆ ਇਕੱਠੇ ਹੋਣ ਦਾ ਹੋਰ ਸੀ, ਜਿਹੜਾ ਕਿ ਉਹ ਸਮਝਦੇ ਨੇ ਵੀ ਮੈਂ ਉਹਨਾਂ ਤੋਂ ਵਿਊ ਪੁਆਇੰਟ ਹੋਰ ਰੱਖਦਾ, ਵਿਊ ਪੁਆਇੰਟ ਨਹੀਂ ਮੈਂ
सोचन का नजरिया ही है ना अपना, सारे कट्ठे उन्होंने आपो च अगर इस तरह का कन्फलिक्ट है विचार का, मेरा ख्याल है कि इदा का एक दूजे के खिलाफ नहीं, हर एक का आपो अपना व्यू पॉइंट होना चाहिए और एक दूसरे ਹੁਣ ਇੱਕ ਦੋ ਗੱਲਾਂ ਮੈਨੂੰ ਦੱਸੋ ਵੀ ਚਲੋ ਤੁਸੀਂ ਜਿਹੜੀ 1 ਸਤੰਬਰ ਨੂੰ ਚਿੱਠੀ ਲਿਖੀ ਸੀ ਪ੍ਰਾਈਮ ਮਿਨਿਸਟਰ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ, ਤੁਸੀਂ ਉਹ ਬਿਲਕੁਲ ਕਲੋਜ਼ ਵਾਈਜ਼ 2-3 ਆਬਜੈਕਸ਼ਨ ਸ਼ੋਅ ਕੀਤੇ ਸੀ। ਇਹ ਇੱਕ ਤਾਂ ਤੁਸੀਂ ਕਿਹਾ ਸੀ ਇਹ ਜਿਹੜੇ ਕਾਨੂੰਨ ਬਣ ਗਏ ਹੈਗੇ ਆ ਇਹ ਕਿਸੇ ਅਦਾਲਤ ਵਿੱਚ ਚੈਲੰਜ ਨਹੀਂ ਕੀਤੇ ਜਾ ਸਕਦੇ ਹੈਗੇ, ਜਿਹੜਾ ਕਿ ਇਤਰਾਜ਼ ਹੈਗਾ ਤੁਹਾਨੂੰ। ਦੂਸਰਾ ਉਹ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਹੈਗਾ, ਜਿਹੜੇ ਉਹ ਐਗਰੀਮੈਂਟ ਲੱਗਦਾ ਹੈਗਾ, ਉਹ ਜਿਹੜੇ ਜਿਹੜੀਆਂ ਵੱਡੀਆਂ ਕੰਪਨੀਆਂ ਜਾਂ ਜਿਹੜੇ ਇਸ ਤਰ੍ਹਾਂ ਦੇ ਆਉਣਗੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੀ ਫੇਵਰ ਵਿੱਚ। ਤੇ ਤੀਸਰਾ ਕੀ ਹੈਗਾ, ਓਵਰਆਲ ਜੋ ਗਵਰਨਮੈਂਟ ਦੀ ਮਨਸ਼ਾ ਲੱਗਦੀ ਹੈਗੀ ਆ, ਕਿਸਾਨਾਂ ਨੂੰ ਘੱਟ ਫੇਵਰ ਕਰਨਾ ਤੇ ਵੱਡੀਆਂ ਪਾਰਟੀਆਂ ਨੂੰ ਜ਼ਿਆਦਾ ਫੇਵਰ ਕਰਨਾ, ਇਹ 3 ਮੁੱਦੇ ਹੈਗੇ ਮੇਨ ਅੱਜ ਦੀ ਡੇਟ 'ਚ। ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੇ ਨੇ ਨਾ ਇਹਨਾਂ ਦੇ ਵਿੱਚੋਂ ਇੱਕ ਮੁੱਦਾ ਤੇ ਸੀਗਾ ਕਿ MSP ਜਿਹੜੀ ਹੈ ਉਹ ਰਹਿਣੀ ਚਾਹੀਦੀ ਹੈ। MSP ਹਾਂਜੀ, ਉਹ ਤਾਂ ਗਵਰਨਮੈਂਟ ਕਹੀ ਜਾਂਦੀ ਹੈ ਰਹਿਣੀ ਚਾਹੀਦੀ, ਪ੍ਰਾਈਮ ਮਿਨਿਸਟਰ ਕਾਰਵਾਈ ਬਿਆਨ ਦੇ ਚੁੱਕੇ ਨੇ, ਉਹ ਕਹੀ ਜਾਂਦੇ ਨੇ ਰਹਿਣੀ ਚਾਹੀਦੀ ਹੈ ਔਰ ਰਹਿਣੀ ਵੀ ਚਾਹੀਦੀ ਹੈ ਔਰ ਰਹੇਗੀ ਵੀ ਜਿੱਦਾਂ ਮੈਨੂੰ ਲੱਗਦਾ ਹੈ, ਕਿਉਂਕਿ ਜਿਹੜੀ ਨਾ ਫੂਡ ਸਿਕਿਉਰਿਟੀ ਲਈ ਇੱਕੋ ਪੰਜਾਬ ਦੇ ਕਿਸਾਨ ਨੇ ਜਿਹਨਾਂ ਕੋਲੋਂ ਖੋਹ ਖਿੰਚ ਕੇ ਇਹਨਾਂ ਨੇ ਖੜਨਾ ਤੇ ਜਾ ਕੇ ਇੱਧਰ ਉੱਧਰ ਉਹਨਾਂ ਨੇ ਦੇਣਾ, ਹੋਰ ਇਹਨਾਂ ਨੂੰ ਏਦਾਂ ਖੋਹ ਖਿੰਚ ਕੇ ਦੇਣ ਵਾਲਾ ਸ਼ਾਇਦ ਉਹ ਘੱਟ ਹੀ ਲੱਭਦਾ ਹੋਵੇ। ਇਸ ਕਰਕੇ MSP ਜਿਹੜੀ ਹੈ ਉਹ ਰਹੇਗੀ, ਲੇਕਿਨ MSP ਮੈਂ ਅੱਗੇ ਵੀ ਆਖਿਆ ਔਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ MSP ਜਿਹੜੀ ਹੈ ਉਹ ਓਵਰਆਲ ਸਾਰਿਆਂ ਦੇ ਹਿੱਤ 'ਚ ਕਦੀ ਨਹੀਂ ਗਈ, ਉਹ ਸਾਡੀ ਕੋਸਟ ਪ੍ਰੋਡਕਸ਼ਨ ਪੂਰੀ ਨਹੀਂ ਸੀ ਕਰਦੀ। ਚਲੋ ਇੱਕ ਤਾਂ MSP ਦੀ ਗੱਲ, ਦੂਜੀ ਗੱਲ ਆਉਂਦੀ ਹੈ ਕਿ ਤੁਸੀਂ ਆਖਿਆ ਕਿ ਇਹ ਵੱਡੀਆਂ ਕਾਰਪੋਰੇਸ਼ਨ ਆਉਣਗੀਆਂ, ਉਹ ਕਰਨਗੀਆਂ, ਕਾਰਪੋਰੇਸ਼ਨ ਜਿਹੜੀਆਂ ਨੇ ਆਉਣਗੀਆਂ, ਠੀਕ ਹੈ ਕਾਰਪੋਰੇਸ਼ਨ ਆਉਣਗੀਆਂ, ਉਹਨਾਂ ਨੂੰ ਜਿਹੜੇ ਜਿਹੜੇ ਵੀ ਕੋਈ ਮਤਲਬ ਉਹਨੂੰ ਉਹਦਾ ਨਾਂ ਕਾਰਪੋਰੇਸ਼ਨ ਦਾ ਦੇ ਦਈਏ ਜਾਂ ਵੱਡਾ ਖਰੀਦਾਰ ਦਾ ਨਾਂ ਦੇ ਦਈਏ, ਠੀਕ ਹੈ ਕਾਰਪੋਰੇਸ਼ਨ ਦਾ ਜਦੋਂ ਅਸੀਂ ਦਿੰਦੇ ਹਾਂ ਨਾਂ ਤੇ ਉਦੋਂ ਇਹਨੂੰ ਲੱਗਦਾ ਵੀ ਜਿਵੇਂ ਕਾਰਪੋਰੇਸ਼ਨ ਜਿਹੜੀ ਉਹ ਕਾਫੀ ਹਿਊਜ ਉਹਦੇ ਨਾਲ ਕੰਪਨੀ ਨਾਲ ਵੱਡੇ ਖਰੀਦਦਾਰ ਕਹਿ ਲਓ ਤੁਸੀਂ, ਵੱਡੇ ਖਰੀਦਦਾਰ ਜਿਹੜੇ ਵੱਡੇ ਖਰੀਦਦਾਰ ਜਦੋਂ ਆਉਂਦੇ ਨੇ ਉਹ ਉਹਨਾਂ ਨੇ ਆ ਕੇ ਜਦੋਂ ਸਾਡੀਆਂ ਚੀਜ਼ਾਂ ਨੂੰ ਜਿਨਸਾਂ ਨੂੰ ਖਰੀਦਣਾ, ਉਹਨਾਂ ਨੇ ਇਹ ਉਹਨਾਂ ਨੇ ਖਰੀਦਣਾ ਜਿਹੜੇ ਬਾਕੀ ਖਰੀਦਦਾਰ ਨੇ ਉਹਨਾਂ ਦੇ ਮੁਕਾਬਲੇ 'ਚ ਆਉਣਾ, ਮੁਕਾਬਲੇ 'ਚ ਆਉਣਾ ਮੈਂ ਸਮਝਦਾ ਵੀ ਜੇ ਕੋਈ ਆਉਂਦਾ ਤੇ ਠੀਕ ਹੈ, ਉਹਦੇ 'ਚ ਕੋਈ ਗੱਲ ਨਹੀਂ ਮੁਕਾਬਲਾ, ਲੇਕਿਨ ਜਿਹੜੇ ਖਦਸ਼ੇਦਾਰ ਹੋ ਰਹੇ ਨੇ ਜਿਹੜੇ ਹੈ ਨੇ ਸਾਡੇ 'ਚ ਕਿ ਇਹ ਜਿਹੜੇ ਮੁਕਾਬਲਾ ਕਰਨ ਆ ਰਹੇ ਨੇ, ਇਹ ਅੱਗੇ ਜਿਹੜੀ ਮੋਨੋਪੋਲੀ ਹੈ FCI ਦੀ, ਅੱਗੇ ਮੋਨੋਪੋਲੀ ਦਾ ਖਰੀਦਦਾਰ ਸਾਡੇ ਕੋਲ ਗਵਰਨਮੈਂਟ ਹੈ, ਉਹਦੀ ਮੋਨੋਪੋਲੀ ਆ, ਉਹ ਕਿਸੇ ਹੋਰ ਨੂੰ ਖਰੀਦਣ ਨਹੀਂ ਦਿੰਦੇ, ਜੇ ਮਰਜ਼ੀ ਹੋਵੇ ਤੇ ਖਰੀਦਣ ਦਿੰਦੇ, ਮਰਜ਼ੀ ਹੋਵੇ ਤੇ ਨਹੀਂ ਖਰੀਦਣ ਦਿੰਦੇ, ਮਰਜ਼ੀ ਹੋਵੇ ਤੇ ਕਿਤੇ ਖੜਨ ਦਿੰਦੇ, ਮਰਜ਼ੀ ਹੋਵੇ ਤੇ ਨਹੀਂ ਖੜਨ ਦਿੰਦੇ। ਵੱਡੇ ਵੱਡੇ ਭੰਡਾਰਨ ਉਹ ਕਰਦੇ ਨੇ, ਬਹੁਤ ਹਿਊਜ ਭੰਡਾਰਨ ਕਰਦੇ ਨੇ, ਇੰਨੇ ਭੰਡਾਰਨ ਕਰਦੇ ਨੇ ਭਈ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਹੁੰਦੀ, ਉਹ ਬੜਾ ਵੱਡਾ ਮੋਨੋਪੋਲਿਸਟ ਹੈ ਗਵਰਨਮੈਂਟ ਤੇ ਉਹਦੀ FCI। ਹੁਣ ਸਾਨੂੰ ਕਿਹਾ ਵੀ ਇਹ ਹੋਰ ਜਿਹੜੇ ਆਉਣਗੇ ਇਹ ਸਾਰੀ ਮੋਨੋਪੋਲੀ ਕਰ ਲੈਣਗੇ, ਅਸੀਂ ਇੱਕ ਮੋਨੋਪੋਲੀ ਦਾ ਅੱਗੇ ਵੇਖ ਰਹੇ ਹਾਂ, ਇਹ ਜਿਹੜੀ ਇਹਨਾਂ ਦੀ ਮੋਨੋਪੋਲੀ ਅਗਰ ਹੁੰਦਾ ਸਾਨੂੰ ਖਤਰਾ ਹੈਗਾ, ਜਿਹੜਾ ਕਿ ਹੈਗਾ ਉਹ ਗੱਲਬਾਤ ਕੀਤਿਆਂ ਦੂਰ ਕੀਤਾ ਜਾ ਸਕਦਾ, ਔਰ ਉਹਦੇ 'ਚ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹਦੇ 'ਚ ਕਿ ਇਹ ਇੱਕ ਲੈਵਲ ਤੋਂ ਵੱਧ ਨਾ ਕਰਨਗੇ, ਉਸ ਤੋਂ ਵਾਹ ਕਰਨ ਇਹਦੇ 'ਚ ਕਿੱਥੇ ਰੱਖਣਗੇ, ਕਿੱਥੇ ਖੜਨਗੇ, ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਉਹਦੇ 'ਚ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਾਲਾ ਰੋਲ ਜਿਹੜਾ ਉਹ ਫਿਰ ਗੱਲਬਾਤ ਵਿੱਚ ਆ ਜਾਂਦਾ ਕਿ ਉਹ ਕਿ ਕਿੰਨਾ ਰੇਟ ਵਧੇਗਾ ਤੇ ਉਹ ਕੀ ਕਰਨਗੇ, ਇਹ ਫਿਰ ਇਹ ਡਿਬੇਟ ਕਰਨ ਦਾ ਇਸ਼ੂ ਹੈ, ਸੋਚਣ ਦਾ ਇਸ਼ੂ ਹੈ। ਉਹਦੇ 'ਚ ਕੁਝ ਲੋਕ ਇਹ ਸਮਝਦੇ ਹੋ ਸਕਦੇ ਨੇ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਉਹ ਜਿਹੜੇ ਉਹਦੇ ਬੈਨੀਫਿਸ਼ਰੀ ਨੇ ਉਹ ਤੇ ਉਹਦੀ ਗੱਲ ਨਹੀਂ ਕਰਨਗੇ, ਉਹ ਕਹਿਣਗੇ ਰਹਿਣਾ ਚਾਹੀਦਾ ਜੀ ਇਹ ਤਾਂ ਬੜੀ ਜ਼ਰੂਰੀ ਹੈ, ਜਿਹੜੇ ਉਹਦੇ ਵਿਕਟਮ ਹੈ ਮੇਰੇ ਵਰਗੇ ਉਹ ਕਹਿਣਗੇ ਭਈ ਨਹੀਂ ਜੀ ਇਹ ਠੀਕ ਨਹੀਂ ਹੈਗਾ, ਇਹਦੇ ਸੁਧਾਰ ਹੋਣਾ ਚਾਹੀਦਾ ਹੈ। ਜੇ ਆਜ਼ਾਦੀ ਦੀ ਗੱਲ ਹੈ ਭਾਰਤ ਜੀ ਤੇ ਕਿਸਾਨ ਨੂੰ ਉਹ ਆਜ਼ਾਦੀ ਦੀ ਗੱਲ ਕਰਦੇ ਨੇ, ਤੇ ਆਜ਼ਾਦੀ ਕਦੀ ਇੰਨੀ ਵੀ ਹੁੰਦੀ ਹੈ
एक हाथ तो हाथ घड़ी ला के दूजे से पा लिए तो आजादी होगी, ऐसा नहीं होता। आजादी 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 जड़ी है, आजादी कंप्लीट आजादी, दोनों हथकड़ी लानी पड़ेगी। आजादी कंप्लीट आजादी है, पार्शल आजादी नहीं होंगी। इसे करके जो जो हिंदुस्तान की आजादी की गल आई थी उस वेले कुछ लोग जेडे आते थे इन्नी आजादी इन्नी आजादी, लेकिन जेडे दानश्वर लोग सियाने लोग उन्होंने आख्या ना भाई आजादी हो तो कंप्लीट हो। मैं अज भी यह समझदा कि सानू जेडे दानश्वर इस तरह दू सलाह देंगे ने उन्होंने सलाहों एवें अभी सुट पाई ना करिए सोचिए भूखीए तो आजादी जी कंप्लीट आजादी लैन की असं गल। अच्छा जिवें तुसीं थोड़ा जिहा इशारा कीता सी जिहड़ी कल दी रिकॉर्डिंग हुण भी आ, हर एक पोलिटिकल पार्टी जिहड़ी साडी किसान जिहड़ी यूनियन आ ऑर्गेनाइजेशन किसी ना किसी पोलिटिकल पार्टी नाल वन वे ऑर दी अदर चाहे डायरैक्टली चाहे इनडायरैक्टली जुड़ियो हुंदी हैगी आ जी। इहदे रिपरकशन की हो सकदे वख-वख पार्टियां लई? पहला श्रोमणी अकाली दल जिवें इन्हां ने रिजाइन दे के अपनी साख बचाउणे दी कोशिश तो की थी भी किसानों का जो सा वोट बैंक कर रहे इन्हों का वोट बैंक थोड़े हिसाब न इंटैक्ट है कि नहीं है तुसी दो ताड़े सवाल आए ने एक तो किसान यूनियन बारे भाई उन्होंने किसी ना किसी पास होंगे ये ठीक गल है कि किसी नॉन पार्टी ऑर्गेनाइजेशन या सोशल ऑर्गेनाइजेशन अल्टीमेटली असं डेमोक्रेटिक मुल्क हाँ किसी वे असि अपनी वोट का अधिकार इस्तेमाल करना होंगे उस अधिकार चुनना होंगे भी इनू पाइए कहीं पाइए जो सोशल ग्रुप या सोशल ऑर्गेनाइजेशन जी भी है परिवारक तौर पर सोचती है यार ये आ चंगे ने ये घट ने ये बुरे ने आ नहीं पसंद है इनू अच्छा इनू पा दिए यदि मदद कर दी मदद करना उस पोलिटिकल पार्टी की कमांड थले नहीं आना होंगे। इस तरह सवाल यह किया अकाली दल का जरा इस वे उन्होंने किया देखो अकाली दल का जरा बेस है वो दो पक्षों च गिणिया जाता अकाली सिख ते सिख अकाली अकाली किसान ते किसान अकाली हाँ जी हाँ जी ए, ए, दो दो एंगल तो हुण इस वेले पंजाब विच ये गिनती करिए ते बहुत वड्डी गिनती है जिहड़ी सिख नहीं भी ने ते किसान भी ने हाँ जी हाँ जी उन्हां दा किसे ना किसे वेले बहुत ज्यादा नेड़ रिहा श्रोमणी अकाली दल नाल लेकिन चिर तो कुछ चिर तो शंके बड़े खड़े होने शुरू हो गए शंकिया के होंदिया इस वेले जी को खुशी हुई जमीन कोशिश कर रहे ने लेकिन जेडे उन्होंने समझते साडे अपने ने अगो सवाल उन्होंने करने शुरू कर दिते ने और मैं समझदा किसी भी पोलिटिकल पार्टी जेडे लोग समर्थक रहे होते सवाल करना और उन्होंने सवालों का जवाब लैन लिए मजबूर करना यह उन्होंने राइट है और होना चाहिए जेड़ा कि बहुत मैं समझना चंगा शुभ हम अपनी तलाश लेंगे ने कि नहीं लेंगे ये मैं समझदा कोशिश बड़ी कर रहे हैं पर लोग इन्ना बहुता उस मगर हाली शायद कदों जाएंगे ये टाइम दस। अच्छा इहदा हुण बीजेपी का जो पोलिटिकल एंगल है एक भी कहा जाता हैगा ठीक मैं विचरदा हैगा भी सेंट्रल गवर्नमेंट खास तौर पर जिहड़ी नैशनल बीजेपी वह नहीं सी चाहती अकालिया कोई क्रैडिट मिले इन्हां बिलों में मतलब भी गवर्नमेंट किसानां दी कोई आ फेवर होई वह अपना सिख बेस बनाना चाहते थी इसे करके उन्होंने सिख दिख वाले जिहड़े कुछ अपने नैशनल लैवल से भी लैके आए हुण वह कहिंदे 117 असीं सीटां ते खुद लड़ांगे जिहड़े मतलब अपनी पोलिटिकल सिख वोटर नूं जां सिख लीडरां नूं अगे लिया के इहदे विच बीजेपी वाले देखो हर पोलिटिकल पार्टी अपना बेस वधाउणा चाहुंदी है ते कोई पोलिटिकल पार्टी दे काम
मतलब उसका राइट है, हर पॉलिटिकल पार्टी, हर पॉलिटिकल पार्टी अपना बेस बधाउणा चाहेगी, हर सोशल पक्ष दे ओ आगुआं नूं अगे लैके आउणा चाहेगी, इहदे च कोई ऐसी गल नहीं। जिथे किते भी है ने ओह अपना करना चाहुणगे, लेकिन सवाल यह है इत्थे आके कि उस जिहड़ा पक्ष है उस पक्ष विच उहनां दा नजरिया की है। देखो जिहड़े ना बड़ी देर तो यह चल रहा सी कि किस तरीके नाल किसानां दे कीते जाण जिहड़े प्रोग्राम बनाए जाण, किसान नीति किदां दी बनाई जावे, किसान कमेटियां बन गया रहियां, बड़ी देर तो बनदियां रहियां, बड़ी देर तो बनदियां रहियां। उन्हां नीतियां दा अल्टीमेटली हुंदिया हुंदिया किसे ना किसे नूं उन्हां जिहड़ियां जिहड़ा माइंड सैट है उहनूं प्रोड्यूसर ओरिएंटेड अज तिकर की रहा, अज तिकर बड़े देर तो मैं वेखद रहा कि इत्थे ना इदां रहा भई जोकां पक्षी किसे बूटे दे उत्ते किसे दरख्त दे उत्ते अंबर वेल चढ़ जाए ते ओ बिलकुल ओ पीली जी वेल उत्ते आ गए ते ओ सारा अच्छा इसे ये हुंदा रहा। साडा देश जिहड़ा ना ये इसे करके ये अंबर वेल दा मारिया होया असीं बड़े बड़े चिर तो रहे हां। हुण जे जे सानू लड़ाई दी लोड़ है कि ये जिहड़ी लड़ाई है ये प्रोड्यूसर पक्षी होनी चाहीदी, अगे पैरासाइट पक्षी सी। हां जी हां बिल्कुल ठीक। देखो मैं इहनूं उस तों अगे जाणा भारत जी, हां जी, किसान इस देश दा सब तों वड्डा उत्पादक है। उस उत्पादक दे नाल जिहड़े दूजे उत्पादक ने उहदे उत्पादन नूं कोई कोई लैके जाण वाला ढो ढुवाई वाला उत्पादक है, उहने ट्रक बना रहा उह उत्पादक है, घड़ूके कोई जा रहा उत्पादक है, रंबा चंड रहा ओ उत्पादक है। ये जिहड़े सारे उत्पादक ने प्रोड्यूसर ने कोई 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 ज्ञान की वंड पैदा कर रहा है, प्रोड्यूसर है वो ज्ञान जिहड़ा पैदा कर रहा हो, स्कूल च पैदा कर रहा हो, कॉलेज च पैदा कर रहा हो, यूनिवर्सिटी च पैदा कर रहा, जब प्रोड्यूसिंग आइडियाज सारे प्रोड्यूसर जेड़े ने ना जो असी भारत जी दुनिया के मुकाबले दे वेखिए साडे प्रोड्यूसर दी जेड़ी देश विच मान सम्मान इज्जत होनी चाहिए बराबर नहीं बनी। इत्थे लुट खो इत्थे पैसा आना चाहिए किसी को, भावे जिस तरीके मर्जी आया हो, खो मोई की हो, जो मर्जी किया हो बल्ले बल्ले है। जिहड़ा जिहड़ा ना जदों गुरु नानक देव जी ने कोदरे दी रोटी विचों ये सारा कढ़िया उदों उन्होंने इहो सानूं दस्या सी भई इज्जत उहदी होनी चाहीदी जिहड़ा असली कुछ करदा है, जिहड़ा कुछ करदा उहदी कोई इज्जत नहीं, उहदे खून च। सो इस सिलसिले विच जिहड़ा तुहाडा सवाल यह है पॉलिटिकल पार्टी जिहड़ी बीजेपी है वो इत्थे वधेगी की करेगी, उहदे च किथे किथे लोक आउणगे, ये सानू सानू जिहड़े लोक आ सानू लोक रहना चाहिए, सानू किसे पॉलिटिकल पार्टी दे नहीं बनना चाहिए, सानू चाहिए असीं लोक आ, लोक इंटरस्ट वाच करन किहड़ा उहनां दे नेड़े आ किहड़ा दूर आ किहड़ा उहनां दे हित वाच करदा, एवें ਆਪਾਂ ਹਵਾ ਦੇ ਮਗਰ ਲੱਗਣ ਦੀ ਬਜਾਏ ਭੋਗ ਦੀ ਮਗਰ ਲੱਗੀਏ, ਇਹ ਮੇਰਾ ਖਿਆਲ ਹੈ ਜ਼ਰੂਰੀ ਹੈ। ਔਰ ਇਹਦੇ ਲਈ ਕੋਈ ਵੀ ਜਿਹੜਾ ਹੁੰਦਾ ਇੱਥੋਂ ਗਲ ਦੇ ਉੱਤੋਂ ਨਾ ਸਾਡਾ ਹਮਦਰਦ ਬਣੇ, ਬਿਲਕੁਲ ਬਿਲਕੁਲ ਸਾਨੂੰ ਚਾਹੀਦਾ ਦਿਲੋਂ ਜਿਹੜਾ ਹਮਦਰਦ ਆ, ਸਾਰੇ ਆਉਂਦੇ ਨੇ ਅਸੀਂ ਕਿਸਾਨ ਸਾਰੇ ਕਿਸਾਨ ਦੇ, ਲੇਕਿਨ ਉਹ ਪਤਾ ਨੀ ਕਿੰਨੇ ਕਿੰਨੇ ਕੀ ਕਰਨਾ, ਦਿਲੋਂ ਹਮਦਰਦ ਚਾਹੀਦਾ, ਨਿਰਾ ਹਮਦਰਦ ਨੀ ਚਾਹੀਦਾ। ਜਿਹੜੀ ਕਿਸਾਨ ਦੀ ਇੰਨੇ ਚਿਰ ਵਿੱਚ ਇੱਥੇ ਜਿੰਨਾ ਉਹਨੂੰ ਵਧਣਾ ਚਾਹੀਦਾ ਸੀ ਉਹ ਨਹੀਂ ਵਧਿਆ, ਇਸ ਵੇਲੇ ਚਾਹੀਦਾ ਇਹ ਸੀ ਕਿ ਖੇਤੀ ਉੱਤੇ ਭਾਰ ਘਟਦਾ,
जिन्नी मशीनरी आ गई है, जेडे साधन वध गए ने खेती दे भार घट के, जेडे साडे बच्चे ने उन्हां नूं इत्थे कुछ कई कुछ धंधे दे सकदे, असीं इत्थे कुछ उन्हां नूं सिखा सकदे, उन्हां लई बड़ा कुछ हो सकदा सी। लेकिन जदों इत्थे नहीं हो सकिया, उन्हां कोल कख नहीं इत्थे सी, इस करके साडे बच्चे उड्डन लग पे बाहर भाई जहाजां ते। मीटिंग तो बाद फील होया कुछ अमेंडमेंट करने की जरूरत है, तो प्राइम मिनिस्टर एग्रीकल्चर मिनिस्टर ਦਾ ਉਹ ਫੀਡਬੈਕ ਅਸੀਂ ਲੈ ਕੇ ਜਾਵਾਂਗੇ। ਇਹਦਾ ਮਤਲਬ ਬੀਜੇਪੀ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਬੜਾ ਸੀਰੀਅਸ ਆ। ਜੇ ਕੋਈ ਅਮੈਂਡਮੈਂਟ ਕਿਸਾਨ ਚਾਹੁੰਦੇ ਹੈਗੇ ਜਾਂ ਅਮੈਂਡਮੈਂਟ ਤੋਂ ਬਾਅਦ ਕਿਹੜੇ ਕਿਹੜੇ ਕਲੋਜ਼ ਤੁਸੀਂ ਅਮੈਂਡ ਕਰਨਾ ਚਾਹੋਗੇ ਜਿਹਦੇ ਕਰਕੇ ਕਿਸਾਨਾਂ ਦੀ ਸੰਤੁਸ਼ਟੀ ਹੋ ਜਾਵੇ? ਉਹ ਤਾਂ ਬੜਾ ਕੁਝ ਹੈ ਜੀ। ਉਹ ਤੇ ਜਦੋਂ ਚਾਹੁਣ ਦੀ ਗੱਲ ਹੁੰਦੀ ਹੈ, ਜੇ ਜਿਹੜਾ ਜਿਹੜਾ ਕਰਨਾ ਹੈ ਉਹ ਚਾਹੁੰਦਾ ਹੋਵੇ, ਉਹਨਾਂ ਨੇ ਆਖਿਆ, ਬਿਲਕੁਲ ਇਹ ਠੀਕ ਗੱਲ ਹੈ, ਉਹਨਾਂ ਨੇ ਇਹ ਆਖਿਆ ਵੀ ਅਸੀਂ ਚਾਹੁੰਦੇ ਹਾਂ, ਅੱਜ ਨਹੀਂ, ਉਹਨਾਂ ਕਾਫੀ ਦਿਨਾਂ ਤੋਂ ਆਉਂਦੇ ਨੇ ਕਿ ਅਸੀਂ ਚਾਹੁੰਦੇ ਹਾਂ, ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਸਾਰਾ ਕੁਝ, ਲੇਕਿਨ ਇਹ ਗੱਲ ਹੈ ਅਮੈਂਡ ਕਰਨੇ ਲਈ ਵੀ ਤਿਆਰ ਹਾਂ ਅਸੀਂ। ਠੀਕ ਹੈ, ਚੰਗੀ ਗੱਲ ਹੈ, ਉਹਦੇ ਲਈ ਗੱਲਬਾਤ ਕਰਨੀ ਚਾਹੀਦੀ ਹੈ, ਔਰ ਮੈਂ ਸਮਝਦਾ ਇਹ ਪੋਜ਼ਿਟਿਵ ਟ੍ਰੈਂਡ ਹੈ, ਇਹ ਹੋਣਾ ਚਾਹੀਦਾ, ਔਰ ਇਹਦੇ 'ਚ ਸੈਂਟਰ ਸਰਕਾਰ ਨੂੰ ਵੇਖਣਾ ਚਾਹੀਦਾ, ਔਰ ਬਾਕੀ ਜਿਹੜੇ ਨੇ ਹੋਰ ਇਹਦੇ 'ਚ ਸਟੇਕ ਹੋਲਡਰ, ਉਹਨਾਂ ਸਾਰਿਆਂ ਨਾਲ, ਸਟੇਕ ਹੋਲਡਰ ਦੇ ਵਿੱਚ ਸਭ ਤੋਂ ਵੱਡਾ ਸਟੇਕ ਹੋਲਡਰ ਕਿਸਾਨ ਹੈ, ਉਹਦੇ ਨਾਲ ਵੀ ਗੱਲ ਕਰਕੇ ਉਹਨਾਂ ਦੇ ਜਿਹੜੇ ਆਈਡੀਆਜ਼ ਨੇ ਲੈ ਕੇ ਉਹ ਕਰਨੀ ਚਾਹੀਦੀ, ਗੱਲਬਾਤ ਹੋਣੀ ਚਾਹੀਦੀ। ਅੱਛਾ, ਇੱਕ ਲਾਸਟ ਸਵਾਲ, ਮੰਨ ਲਓ ਇਹ ਸਾਰਾ ਪ੍ਰੋਸੈਸ, ਦੇਖੋ ਪੋਲੀਟੀਕਲ ਲੀਡਰ ਕਹਿੰਦੇ ਕੁਛ ਹੁੰਦੇ ਹੈਗੇ, ਕਈ ਵਾਰੀ ਉਹ ਪ੍ਰੈਕਟੀਕਲੀ ਨਹੀਂ ਉਹ ਗੱਲਾਂ ਨਿਪਰੇ ਚੜ੍ਹਦੀਆਂ ਪੂਰੀਆਂ ਹੁੰਦੀਆਂ ਹੈਗੀਆਂ। ਕੈਪਟਨ ਅਮਰਿੰਦਰ, ਮੰਨ ਲਓ ਇਹ ਕਾਨੂੰਨ ਜਿਹੜੇ ਐਕਟ ਬਣੇ ਉਹ ਹੈਗੇ ਆ, ਇਹ ਨਹੀਂ ਕੁਛ ਇਹਦਾ ਸਿੱਟਾ ਨਿਕਲਦਾ ਹੈਗਾ, ਕੈਪਟਨ ਅਮਰਿੰਦਰ ਸਿੰਘ ਕੀ ਕਰ ਸਕਦੇ ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ? ਕੋਈ ਅਸੈਂਬਲੀ ਵਿੱਚ ਕਾਨੂੰਨ ਬਣਾ ਸਕਦੇ ਹੈਗੇ ਕੁਛ ਇਸ ਤਰ੍ਹਾਂ ਦੇ, ਕੁਛ ਨਾ ਕੁਛ ਕੀ ਕਰ ਸਕਦੇ ਜਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ? ਚੀਫ ਮਿਨਿਸਟਰ ਪੰਜਾਬ ਦੇ ਕੋਲ ਪੰਜਾਬ ਦੇ ਵਸਨੀਕਾਂ ਨੇ ਆਪਣਾ ਮੁਖਤਾਰਨਾਮਾ ਦਿੱਤਾ ਹੋਇਆ। ਅੱਛਾ ਜੀ, ਕਿ ਆਹ ਲੋ ਮੁਖਤਾਰਨਾਮਾ, ਉਦਣ ਵੋਟ ਪਾਉਣ ਵੇਲੇ ਉਹ ਅਸੀਂ ਦਿੰਦੇ ਹਾਂ ਵੀ ਆਹ ਲੋ ਮੁਖਤਾਰਨਾਮਾ, ਤੁਸੀਂ ਜੋ ਕਰੋ ਇਹ ਪੰਜਾਬ ਦੇ ਹਿੱਤ ਲਈ ਕਰੋਗੇ, ਸਾਨੂੰ ਇਸ ਗੱਲ ਦਾ ਵਿਸ਼ਵਾਸ ਮਨਜ਼ੂਰ ਆ। ਹਾਂਜੀ ਹਾਂਜੀ ਹਾਂਜੀ। ਅੱਛਾ, ਹੁਣ ਇਹਦੇ 'ਚ ਜਿੱਥੇ ਰੇੜਕੇ ਖੜੇ ਹੁੰਦੇ ਨੇ ਉਹ ਹੁੰਦੇ ਨੇ ਭਈ ਜਿਹੜੇ ਪੋਲੀਟੀਕਲ ਅਪੋਜੀਸ਼ਨ 'ਚ ਜਿਹੜੇ ਦੂਜੇ ਤੀਜੇ, ਮੈਂ ਸਮਝਦਾ ਭਈ ਇਹਦੇ ਵਿੱਚ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਉਹ ਸਪਸ਼ਟ ਉਹਦੇ ਮਨ ਵਿੱਚ ਹੋਣਾ ਚਾਹੀਦਾ ਕਿ ਮੇਰਾ ਪੰਜਾਬ ਦਾ ਇਸ ਵੇਲੇ ਆਹ ਕਣਕ ਤੇ ਝੋਨਾ ਤੇ ਆ ਬਾਕੀ ਚੀਜ਼ਾਂ ਨੇ, ਉਹਦਾ ਇੰਟਰਸਟ ਮੈਂ ਵਾਚ ਕਰਨਾ, ਉਹਦਾ ਇੰਟਰਸਟ ਵਾਚ ਹੋ ਸਕਦਾ, ਉਹ ਅਸੈਂਬਲੀ 'ਚ ਵੀ ਕਰ ਸਕਦੇ ਨੇ, ਉਹ ਸੈਂਟਰਲ ਗੌਰਮੈਂਟ ਨਾਲ ਗੱਲਬਾਤ ਕਰਕੇ ਵੀ ਕਰ ਸਕਦੇ ਨੇ, ਉਹ ਪ੍ਰੈਕਟੀਕਲੀ ਮੰਡੀਆਂ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਸੁਧਾਰ ਕਰਕੇ ਵੀ ਕਰ ਸਕਦੇ ਨੇ। ਇਸ ਵੇਲੇ ਮੰਡੀਆਂ ਦੇ ਵਿੱਚ ਸੁਧਾਰ ਦੀ ਬੜੀ ਜ਼ਰੂਰਤ ਹੈ, ਉਹ ਮੰਡੀਆਂ ਦੇ ਸੁਧਾਰ ਵੱਲ ਵੀ ਧਿਆਨ ਕਰਕੇ ਕਰ ਸਕਦੇ ਨੇ, ਬੜਾ ਕੁਝ ਹੋ ਸਕਦਾ। ਮੇਰਾ ਖਿਆਲ ਹੈ ਕਿ ਉਹ ਸੀਰੀਅਸਲੀ ਕਰਨਗੇ ਵੀ, ਔਰ ਕਰਨਾ ਚਾਹੀਦਾ ਵੀ।